ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਸੀਡੀਪ ਜਿਹਨੂੰ ਤੁਸੀਂ ਪੰਜਾਬੀ ਵਿੱਚ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਕਹਿੰਦੇ ਹੋ ਦੀ ਵੀਡੀਓ ਬਣਾਉਣ ਜਾ ਰਹੀ ਹਾਂ ਇਹ ਵੀਡੀਓ ਤੁਹਾਡੇ ਪੀਐਸਟੈਟ ਸੀਟੈਟ ਇਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ ਐਂ ਜਿੰਨੇ ਵੀ ਪ੍ਰਸ਼ਨਾਂ ਨੂੰ ਆਪਾਂ ਡਿਸਕਸ ਕਰ ਰਹੀ ਹਾਂ ਤੁਹਾਡੇ ਪ੍ਰੀਵੀਅਸ ਇਅਰ ਦੇ ਵਿੱਚੋਂ ਹੀ ਲਏ ਗਏ ਨੇ ਜੇਕਰ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਹੱਲ ਕਰਦੇ ਹੋ ਇਸ ਵੀਡੀਓ ਨੂੰ ਲਾਸਟ ਤੱਕ ਦੇਖਦੇ ਹੈਗੇ ਹੋ ਤਾਂ ਤੁਹਾਡੇ ਜਿਹੜੇ ਨੰਬਰ ਨੇ ਜੀ ਪੀਐਸਟ ਟਟ ਪ੍ਰੀਖਿਆ ਵਿੱਚ ਚੰਗੇ ਆਉਣਗੇ ਬਾਕੀ ਮੇਰਾ ਇੱਕ ਸੁਜੈਸ਼ਨ ਇਹ ਰਹੂਗਾ ਕਿ ਤੁਸੀਂ ਜਿੰਨੇ ਵੀ ਪ੍ਰਸ਼ਨਾਂ ਨੂੰ ਹੱਲ ਕਰਨਾ ਆ ਜਿਹੜੇ ਕਿ ਆਪਾਂ ਇੱਥੇ ਹੱਲ ਕਰਾਵਾਂਗੇ ਜੇਕਰ ਤੁਸੀਂ ਮੇਰੀ ਇਸ ਵੀਡੀਓ ਨੂੰ ਦੇਖ ਲੈਣੇ ਹੋ ਜਿੱਥੇ ਲਿਖਿਆ ਹੋਇਆ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਦੀ ਜਿਹੜੀ ਮੈਰਾਥਨ ਹੈਗੀ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ YouTube ਤੇ ਸਰਚ ਕਰਿਓ CDP ਮੈਰਾਥਨ ਬਾਈ ਡੋਰਸਟੈਪ ਐਜੂਕੇਸ਼ਨ ਪੁਆਇੰਟ ਇੱਥੇ ਮੈਂ ਉਹ ਸਾਰੇ ਕਨਸੈਪਟ ਥਿਊਰੀ ਵਾਈਜ਼ ਸਮਝਾਏ ਹੋਏ ਆ ਜਿੱਥੋਂ ਪਾਸਟ ਦੇ ਵਿੱਚ ਪ੍ਰਸ਼ਨ ਬਣ ਚੁੱਕੇ ਆ ਸੋ ਜੇਕਰ ਤੁਸੀਂ ਇਸ 6 ਘੰਟੇ ਦੀ ਵੀਡੀਓ ਨੂੰ ਦੇਖ ਲੈਣੀ ਹੋ ਤਾਂ ਮੈਨੂੰ ਲੱਗਦਾ ਕਿ ਆਪਾਂ ਜਿੰਨੇ ਵੀ ਪ੍ਰਸ਼ਨ ਕਰਵਾਵਾਂਗੇ ਆਪਾਂ ਜਿਵੇਂ ਕਿ ਇੱਥੇ ਲਿਖਿਆ ਹੋਇਆ 500 ਪ੍ਰਸ਼ਨ ਦੀ ਜਿਹੜੀ ਸੀਰੀਜ਼ ਹੈਗੀ ਆ ਉਹ ਸਟਾਰਟ ਕੀਤੀ ਹੈ ਤਾ ਸਾਰੇ ਜਿਹੜੇ 500 ਦੇ 500 ਪ੍ਰਸ਼ਨ ਹੈਗੇ ਆ ਇਹਦੇ ਵਿੱਚੋਂ ਘੱਟੋ-ਘੱਟ ਤੁਸੀਂ 400 ਤੋਂ ਲੈ ਕੇ 450 ਪ੍ਰਸ਼ਨ ਤਾਂ ਆਰਾਮ ਨਾਲ ਹੱਲ ਕਰ ਸਕਦੇ ਹੋ। ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਗੱਲ ਕਰਦੇ ਆਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਦੀ। ਤੇ ਦੋਸਤੋ, ਸ਼ਾਸਨ ਖਤਮ ਹੋਣ ਤੋਂ ਬਾਅਦ ਮੈਨੂੰ ਇਹ ਜ਼ਰੂਰ ਦੱਸਿਓ ਤੁਹਾਡੇ ਦਸਾਂ ਵਿੱਚੋਂ ਕਿੰਨੇ ਨੰਬਰ ਬਣੇ ਨੇ। ਕੁਝ ਸਾਥੀਆਂ ਨੇ ਕੱਲ ਕਮੈਂਟ ਵੀ ਕੀਤੇ ਸੀਗੇ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਵੈਰੀ ਗੁੱਡ। ਪਹਿਲਾ ਪ੍ਰਸ਼ਨ ਦੇਖੋ ਦਾ ਫੋਕਸ ਆਫ ਡਾਈਵਰਸਿਟੀ ਇਜ਼ ਔਨ ਕਿ ਜਿਹੜੀ ਵਿਭਿੰਨਤਾ ਹੁੰਦੀ ਆ ਉਹ ਕੇਂਦ੍ਰਿਤ ਹੁੰਦੀ ਹੈਗੀ ਆ ਐਕਸੈਪਟਿੰਗ ਆਲ ਐਕਸੈਪਟਿੰਗ ਹੈਂਡੀਕੈਪਸ ਐਕਸੈਪਟਿੰਗ ਡਿਸਐਡਵਾਂਟੇਜਸ ਗਰੂਪਸ ਯਾ ਫਿਰ ਐਕਸੈਪਟਿੰਗ ਡਿਸੇਬਲਡ ਇਹਦਾ ਜਵਾਬ ਕੋਈ ਵੀ ਦੇ ਸਕਦਾ ਆ ਡਾਈਵਰਸਿਟੀ ਕੀ ਹੁੰਦੀ ਆ ਵਿਪਨਤਾ ਕੇਂਦ੍ਰਿਤ ਹੁੰਦੀ ਹੈ ਕਿ ਸਾਰਿਆਂ ਨੂੰ ਆਪਾ ਸਵੀਕਾਰ ਕਰੀਏ ਸਾਰਿਆਂ ਨੂੰ ਐਕਸੈਪਟ ਕਰੀਏ ਸੋ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਬਾਕੀ ਦੀਆਂ ਆਪਸ਼ਨਾਂ ਨੂੰ ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤੁਹਾਨੂੰ ਵੈਸੇ ਹੀ 네ਗਟਿਵ ਵਾਈਬ ਆਉਣੀ ਆ ਕਿ ਇਹ ਕਿਸੇ ਸਪੈਸਿਫਿਕ ਸੈਕਸ਼ਨ ਦੀ ਗੱਲ ਕਰ ਰਹੀ ਹੈ ਸੋ ਇਹਦੇ ਵਿੱਚ ਇਹ ਜਵਾਬ ਤਾਂ ਹੋਣਾ ਨਹੀਂ ਸੋ অপਸ਼ਨ ਨੰਬਰ ਤੁਸੀਂ A ਤੇ ਲਗਾ ਦਿਓ ਟਿਕ ਬਾਕੀ ਮੇਰੇ ਜਵਾਬ ਦੇਣ ਤੋਂ ਪਹਿਲਾਂ ਹੀ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਦੇਣਾ ਆ ਤਾਂ ਜੋ ਤੁਹਾਡਾ ਕੌਨਫੀਡੈਂਸ ਲੈਵਲ ਵਧੇ ਜੇਕਰ ਤੁਸੀਂ ਗਲਤੀਆਂ ਨਾ ਕਰੋਗੇ ਫਿਰ ਤੁਸੀਂ ਨਹੀਂ ਸਿੱਖ ਸਕਦੇ ਸੋ ਗਲਤੀਆਂ ਕਰੋ ਆਪਸ਼ਨ ਨੰਬਰ ਕੁਐਸਚਨ ਨੰਬਰ ਦੂਜਾ ਦੇਖ ਲਓ ਦ ਥਿੰਕਿੰਗ ਮੈਮਰੀ ਇਮੇਜਿਨੇਸ਼ਨ ਕ੍ਰੀਏਟੀਵਿਟੀ ਐਂਡ ਪਰਸੈਪਸ਼ਨ ਆਰ ਰਿਲੇਟਡ ਟੂ ਵਿਚ ਟਾਈਪ ਆਫ ਡਿਵੈਲਪਮੈਂਟ ਕਿ ਸੋਚਣਾ ਯਾਦ ਰੱਖਣਾ ਕਲਪਨਾ ਕਰਨਾ ਰਚਨਾਤਮਕ ਅਤੇ ਧਾਰਨਾ ਕਿਸ ਤਰ੍ਹਾਂ ਦੇ ਵਿਕਾਸ ਨਾਲ ਸੰਬੰਧਿਤ ਹੈ ਅਤੇ ਜਿੰਨੇ ਵੀ ਮੈਂ ਇੱਥੇ ਤੁਹਾਨੂੰ ਜਵਾਬ ਐਕਸਪਲੇਨ ਕਰ ਰਿਹਾ ਸਾਰੇ ਦੇ ਸਾਰੇ ਵਿਭਾਗ ਵੱਲੋਂ ਜਿਹੜੀ ਆਨਸਰ ਕੀ ਸੀਗੀ ਉਸ ਅਕੋਰਡਿੰਗ ਹੀ ਕਰ ਰਿਹਾ ਸੋ ਦੱਸੋ ਇਹਦਾ ਜਵਾਬ ਕੀ ਹੋਊਗਾ ਜੇਕਰ ਕੋਈ ਜਿਹੜਾ ਪਰਸਨ ਹੈਗਾ ਆ ਉਹ ਸੋਚ ਰਿਹਾ ਯਾਦ ਕਰ ਰਿਹਾ ਕਲਪਨਾ ਕਰ ਰਿਹਾ ਤੇ ਇਹ ਜਿਹੜਾ ਵਿਕਾਸ ਹੈ ਕਿਹੜੀ ਚੀਜ਼ ਨਾਲ ਸੰਬੰਧਿਤ ਹੈ ਕੀ ਇਹ ਮੋਟਰ ਡਿਵੈਲਪਮੈਂਟ ਹੈ ਕੀ ਇਹ ਲੈਂਗੁਏਜ ਡਿਵੈਲਪਮੈਂਟ ਹੈ ਜਾਂ ਫਿਰ ਮੋਰਲ ਡਿਵੈਲਪਮੈਂਟ ਜਾਂ ਫਿਰ ਆਪਸ਼ਨ ਨੰਬਰ ડી ਸੋਸ਼ਲ ਡਿਵੈਲਪਮੈਂਟ ਸਹੀ ਜਵਾਬ ਤੁਹਾਡਾ ਹੋਏਗਾ ਜੀ ਲੈਂਗੁਏਜ ਡਿਵੈਲਪਮੈਂਟ ਭਾਸ਼ਾ ਦੇ ਵਿਕਾਸ ਦੇ ਵਿੱਚ ਤੁਹਾਨੂੰ ਸੋਚਣ ਦੀ ਜ਼ਰੂਰਤ ਪੈਂਦੀ ਹੈ ਮੈਮਰੀ ਇਮੇਜਿਨੇਸ਼ਨ ਕ੍ਰੀਏਟੀਵਿਟੀ ਪਰਸੈਪਸ਼ਨ ਇਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੀ ਤੁਹਾਨੂੰ ਜ਼ਰੂਰਤ ਹੈਗੀ ਆ ਜਾਂ ਫਿਰ ਇਹਨਾਂ ਸਾਰੀਆਂ ਸਕਿੱਲਸ ਦੀ ਜੇਕਰ ਗੱਲ ਕਰੀਏ ਤਾਂ ਰਿਲੇਟਿਡ ਹੈਗੀਆਂ ਨੇ ਲੈਂਗੁਏਜ ਡਿਵੈਲਪਮੈਂਟ ਦੇ ਨਾਲ ਸੋ অপਸ਼ਨ ਨੰਬਰ B ਨੂੰ ਤੁਸੀਂ ਲਗਾ ਲਿਓ ਟਿਕ ਹੁਣ ਦੇਖਦੇ ਹਾਂ ਜੀ ਅਗਲਾ ਪ੍ਰਸ਼ਨ ਵਿਚ ਆਫ ਦਾ ਫੋਲੋਇੰਗ ਇਜ਼ ਦਾ ਪਰਪਸ ਆਫ ਸਮੈਟਿਵ ਅਸੈਸਮੈਂਟ ਸਮੈਟਿਵ ਅਸੈਸਮੈਂਟ ਦੀ ਗੱਲ ਕੀਤੀ ਜਾ ਰਹੀ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਖੇਪ ਮੁਲਾਂਕਣ ਦਾ ਟਿੱcza ਹੈ ਵੈਸੇ ਇੱਕ ਤਾਂ ਹੁੰਦੀ ਹੈ ਸਮੈਟਿਵ ਅਸੈਸਮੈਂਟ ਇੱਕ ਹੁੰਦੀ ਹੈਗੀ ਆ ਜੀ ਫਾਰਮੇਟਿਵ ਅਸੈਸਮੈਂਟ ਫਾਰਮੇਟਿਵ ਅਸੈਸਮੈਂਟ ਤੋਂ ਰਿਲੇਟਿਡ ਵੀ ਤੁਹਾਨੂੰ ਇੱਕ ਜਿਹੜਾ ਆਪਸ਼ਨ ਹੈਗੀ ਆ ਜੀ ਉਹ ਵਿਕਣ ਨੂੰ ਮਿਲੇਗੀ ਸੋ ਆਪਾਂ ਇਸ ਪ੍ਰਸ਼ਨ ਦੇ ਨਾਲ ਤਿੰਨ ਚਾਰ ਗੱਲਾਂ ਡਿਸਕਸ ਕਰਾਂਗੇ ਪਹਿਲਾਂ ਤਾਂ ਵੇਖੋ ਸਮੈਟਿਵ ਅਸੈਸਮੈਂਟ ਦਾ ਪਰਪਸ ਕੀ ਹੈਗਾ ਯਾ ਫੋਕਸ ਔਨ ਪ੍ਰੋਡਕਟ ਆਫ ਲਰਨਿੰਗ ਯਾ ਫਿਰ ਫੋਕਸ ਔਨ ਪ੍ਰੋਸੈਸ ਆਫ ਲਰਨਿੰਗ focus on improvement of student learning ya fir focus on giving direction to the teacher sikhan de utpaad te dhyan sikhan di kriya vich dhyan vidyarthi de sikhan vich sudhar te dhyan ya fir adhyapak nu dishaavan deen te dhyan summative assessment vaise main generally puchda haan pehla tusi is prashan da jawab de do us to baad aap vaise normally gall karde haan ki ki tuhanu pata hai summative assessment ki hundi hai tusi vekhya hona ki term parikshyaavan hundiyan ne ਜਿਵੇਂ ਕਿ ਹੁਣ ਸਤੰਬਰ ਪ੍ਰੀਖਿਆ ਹੋ ਕੇ ਛੱਡੀ ਹੋਣੀ ਆ ਜੇਕਰ ਤੁਸੀਂ ਸਕੂਲਾਂ ਵਿੱਚ ਲੱਗੀ ਹੋਈਆਂ ਸੋ ਜਿਹੜੀਆਂ ਟਰਮ ਪ੍ਰੀਖਿਆਵਾਂ ਨੇ ਉਹਨਾਂ ਨੂੰ ਤੁਸੀਂ ਸਮੈਟਿਵ ਅਸੈਸਮੈਂਟ ਵੀ ਕਹਿੰਦੇ ਹੋ ਇੱਕ ਹੁੰਦੀਆਂ ਨੇ ਜੀ ਬਾਇ ਮੰਥਲੀ ਪ੍ਰੀਖਿਆਵਾਂ ਉਹਨੂੰ ਤੁਸੀਂ ਫਾਰਮੇਟਿਵ ਅਸੈਸਮੈਂਟ ਕਹਿੰਦੇ ਹੋ ਤੇ ਆਪਾਂ ਬਾਇ ਮੰਥਲੀ ਪ੍ਰੀਖਿਆਵਾਂ ਕਿਉਂ ਲੈਣੀਆਂ ਆ ਆਪਾਂ ਬਾਇ ਮੰਥਲੀ ਪ੍ਰੀਖਿਆਵਾਂ ਇਸ ਕਰਕੇ ਲੈਣੇ ਆ ਕਿ ਬੱਚਿਆਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹਨਾਂ ਕਨਸੈਪਟ ਦੇ ਉੱਤੇ ਆਪਾਂ ਕੰਮ ਕਰ ਸਕੀਏ ਤਾ ਜੋ ਬੱਚੇ ਇਨਾ ਸਮੈਟਿਵ ਪੇਪਰਾਂ ਦੇ ਵਿੱਚ ਟਰਮ ਪ੍ਰੀਖਿਆਵਾਂ ਦੇ ਵਿੱਚ ਜਾਂ ਫਿਰ ਜਿਹੜਾ ਪੇਪਰ ਸਾਲ ਦੇ ਐਂਡ ਤੇ ਲਿਆ ਜਾਂਦਾ ਉਹਦੇ ਵਿੱਚ ਵਧੀਆ ਸਕੋਰ ਕਰ ਸਕਣ ਸੋ ਜਿਹੜੀ ਫਾਰਮੇਟਿਵ ਅਸੈਸਮੈਂਟ ਹੈਗੀ ਆ ਨਾ ਉਹ ਕਿਤੇ ਨਾ ਕਿਤੇ process of ਲਰਨਿੰਗ ਤੇ ਕੰਮ ਕਰ ਰਹੀ ਹੈ ਕਿਉਂਕਿ ਆਪਾਂ ਬੱਚੇ ਵਿੱਚ ਸੁਧਾਰ ਕਰ ਰਹੇ ਆ ਸੋ ਇਹ ਪ੍ਰਕਿਰਿਆ ਚੱਲ ਰਹੀ ਆ ਜਿਹਦੇ ਵਿੱਚ ਆਪਾਂ process of ਲਰਨਿੰਗ ਤੇ ਧਿਆਨ ਦੇਣੇ ਆ ਤੇ ਸਮੈਟਿਵ ਅਸੈਸਮੈਂਟ ਦੇ ਵਿੱਚ ਆਪਾਂ ਜੋ ਕੁਝ ਬੱਚਾ ਸਿੱਖ ਚੁੱਕਿਆ ਆ ਸਾਲ ਦੇ ਐਂਡ ਤੇ ਫਿਰਤਾ ਨਹੀਂ ਆਪਾਂ ਉਹਨੂੰ ਕੋਈ ਦੱਸ ਨਹੀਂ ਕਿ ਤੈਨੂੰ ਇੰਪਰੂਵਮੈਂਟ ਇੱਥੇ ਕਰ ਲਾ ਤੇ ਆਪਾਂ ਇਹ ਪੇਪਰ ਦੁਬਾਰਾ ਲੈ ਲਾਂਗੇ ਨਹੀਂ ਕਰਦੇ ਸੋ ਆਪਸ਼ਨ ਨੰਬਰ ਜਿਹੜਾ A ਹੈ ਇਹ ਤੁਹਾਡਾ ਸਹੀ ਜਵਾਬ ਹੈ ਕਿ ਆਪਾਂ ਪਰਪਸ ਆਫ ਸਮੈਟਿਵ ਅਸੈਸਮੈਂਟ ਦੇ ਵਿੱਚ ਪ੍ਰੋਡਕਟ ਆਫ ਲਰਨਿੰਗ ਦੇ ਧਿਆਨ ਦੇਣੀਆਂ ਸਿੱਖਣ ਦੇ ਉਤਪਾਦ ਤੇ ਧਿਆਨ ਦੇਣੀਆਂ ਆ ਆਪਸ਼ਨ ਨੰਬਰ A ਨੂੰ ਤੁਸੀਂ ਕਰ ਦਿਓ ਟਿਕ ਚੱਲਦੇ ਆ ਜੀ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਪ੍ਰਸ਼ਨ ਵੇਖੋ ਕੀ ਲਿਖਿਆ ਹੋਇਆ the evaluation in a school that covers all aspect of learners development is known as school vich mulankan jo sikhyarthi de vikas de sare padavan nu dhyan vich rakda hai nu kaha ki janda hai tusi mainu eh dasso ki innu tusi continuous and cognative evaluation kehne ya continuous and comprehensive evaluation consistent and comprehensive evaluation ya fir consistent and ਕੋਗਨੇਟਿਵ ਇਵੈਲੂਏਸ਼ਨ ਲਗਾਤਾਰ ਅਤੇ ਬੋਧਾਤਮਕ ਮੁਲਾਂਕਣ ਲਗਾਤਾਰ ਅਤੇ ਵਿਆਪਕ ਮੁਲਾਂਕਣ ਇਕਸਾਰ ਅਤੇ ਵਿਆਪਕ ਮੁਲਾਂਕਣ ਜਾਂ ਫਿਰ ਇਕਸਾਰ ਅਤੇ ਬੋਧਾਤਮਕ ਮੁਲਾਂਕਣ ਵੈਸੇ ਜੇ ਮੈਂ ਗੱਲ ਕਰਾਂ ਨਾ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਹੈਗਾ ਨਾ ਸਟੈਟਿਕ ਬੇਸਡ ਹੀ ਪ੍ਰਸ਼ਨ ਹੈ ਤੇ ਜੇਕਰ ਤੁਸੀਂ ਸਿਲੇਬਸ ਦੇ ਉੱਤੇ ਵੀ ਨਿਗਾਹ ਮਾਰੀ ਹੋਵੇ ਨਾ ਮੈਂ ਪੜਨ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ ਸਿਰਫ ਤੇ ਸਿਰਫ ਸਿਲੇਬਸ ਤੇ ਵੀ ਨਿਗਾਹ ਮਾਰੀ ਹੋਵੇ ਨਾ ਤੇ ਤੁਸੀਂ ਇਸ ਪ੍ਰਸ਼ਨ ਦਾ ਜਵਾਬ ਦੇ ਸਕਦੇ ਹੋ ਇਹਦਾ ਜਵਾਬ ਆਊਗਾ ਜੀ ਸੀ ਸੀ ਈ CCE ਵੇਖਿਆ ਜਾਂਦੇ ਸਾਰੇ ਆ ਦਿਨ CCE ਲੱਗਦਾ ਪਿਆ ਹਨਾ ਤੇ ਇਹਦਾ ਜਿਹੜਾ ਸਹੀ ਜਵਾਬ ਹੋਗਾ ਜੀ অপਸ਼ਨ ਨੰਬਰ B ਕੰਟੀਨਿਊਸ ਐਂਡ ਕੰਪਰੀਹੈਂਸਿਵ ਏਵੈਲੂਏਸ਼ਨ অপਸ਼ਨ ਨੰਬਰ B ਇਸ ਦੇ ਵਿੱਚ ਇਸ ਏਵੈਲੂਏਸ਼ਨ ਦੇ ਵਿੱਚ ਜਿਹੜਾ ਸਕੂਲਾਂ ਵਿੱਚ ਕਰਵਾਇਆ ਜਾਂਦਾ ਆ ਆਪਾਂ ਸਾਰੇ ਐਸਪੈਕਟ ਦੇ ਲਰਨਰ ਦੇ ਜਿਹੜੇ ਹੁੰਦੇ ਆ ਜੀ ਉਹਨੂੰ ਕਨਸੀਡਰ ਕਰਦੇ ਆ ਸੋ অপਸ਼ਨ ਨੰਬਰ B ਲਗਾ ਲਿਓ ਲਗਾਤਾਰ ਅਤੇ ਵਿਆਪਕ ਮੁਲਾਂਕਣ ਅਗਲਾ ਪ੍ਰਸ਼ਨ ਦੇਖ ਲਓ ਪਿਆਜੇ ਦੀ ਡਿਵੈਲਪਮੈਂਟ ਥਿਊਰੀ ਦੇ ਅਨੁਸਾਰ at which stage the child learns to deal with concept and ideas that exist only in mental terms ki mental term di itthe gall kiti ja rahi hai piaje di theory di gall kiti ja rahi hai bodhatmak vikas di piaje dwara ek theory ditti gayi hai so piaje de vikas sambandhi siddhant mutabik bachcha kis pada te ona dharana va ate khyala naal nipatna sikhda hai jo sirf mansik taur te maujood hunde han sahi jawab ki hoga ida ਕੰਕਰੀਟ ኦਪਰੇਸ਼ਨਲ 스테ਜ ਫਾਰਮਲ ኦਪਰੇਸ਼ਨਲ 스테ਜ ਪ੍ਰੀ ኦਪਰੇਸ਼ਨਲ 스테ਜ ਜਾਂ ਫਿਰ ਸੈਂਸਰੀ ਮੋਟਰ 스테ਜ ਸੋ ਠੋਸ ਕਾਰਵਾਈ ਦਾ ਪੜਾ ਰਸਮੀ ਕਾਰਵਾਈ ਦਾ ਪੜਾ ਜਾਂ ਫਿਰ ਕਾਰਵਾਈ ਤੋਂ ਪਹਿਲਾਂ ਦਾ ਪੜਾ ਜਾਂ ਫਿਰ ਸੰਵੇਦੀ ਮੋਟਰ ਦਾ ਪੜਾ ਸਹੀ ਜਵਾਬ ਤੁਹਾਡਾ ਕੀ ਹੋਊਗਾ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈਗਾ ਜੀ ਕੋਈ ਵੀ ਨਹੀਂ ਹੈਗਾ ਕਿਉਂਕਿ ਆਪਸ਼ਨ ਨੰਬਰ ਜਿਹੜਾ ਤੁਹਾਡਾ ਪ੍ਰੀ ਆਪਰੇਸ਼ਨਲ ਸਟੇਜ ਹੈ ਤੇ ਫਾਰਮਲ ਆਪਰੇਸ਼ਨਲ ਸਟੇਜ ਹੈ ਇਹਨਾਂ ਦੋਨਾਂ ਦੇ ਜਿਹੜੇ ਫੀਚਰਸ ਨੇ ਜੀ ਓਵਰਲੈਪ ਕਰ ਰਹੇ ਆ ਇਹਨਾਂ ਨੇ ਮੈਂਟਲ ਟਰਮ ਦੀ ਗੱਲ ਕੀਤੀ ਹੈ ਮੈਂਟਲ ਟਰਮਸ ਦੇ ਵਿੱਚ ਜਿਹੜੇ ਕੁਝ ਸਿੰਬल्स ਵਗੈਰਾ ਹੁੰਦੇ ਨੇ ਉਹ ਪ੍ਰੀ ਆਪਰੇਸ਼ਨਲ ਸਟੇਜ ਦੇ ਵਿੱਚ ਵੀ ਡਿਵੈਲਪ ਹੋਣੇ ਸਟਾਰਟ ਹੋ ਜਾਂਦੇ ਨੇ ਤੇ ਫਾਰਮਲ ਆਪਰੇਸ਼ਨਲ ਸਟੇਜ ਦੇ ਵਿੱਚ ਆਪਾਂ ਕਹਿੰਦੇ ਆ ਕਿ ਹਾਂ ਵੀ ਮੈਂਟਲੀ ਜਾਂ ਫਿਰ ਐਬਸਟ੍ਰੈਕਟ ਜਿਹੜੀ ਥਿੰਕਿੰਗ ਹੈਗੀ ਆ ਉਹ ਵੀ ਡਿਵੈਲਪ ਹੋ ਜਾਂਦੀ ਹੈ ਸੋ ਕਿਤੇ ਨਾ ਕਿਤੇ B ਅਤੇ C ਆਪਸ਼ਨ ਆ ਹੋਣ ਕਰਕੇ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਸੇਗਾ ਜੀ ਉਹਨੂੰ ਦਿੱਤੀ ਗਈ ਸੀ ਗ੍ਰੇਸ ਸੋ ਇੱਥੇ ਤੁਸੀਂ ਕੋਈ ਜਵਾਬ ਨਹੀਂ ਲਗਾਉਂਗੇ ਐਂਡ ਸਹੀ ਜਵਾਬ ਤੁਹਾਡਾ ਕੀ ਹੋ ਜਾਊਗਾ ਜੀ ਬੀ ਵੀ ਹੋ ਸਕਦਾ ਹੈ ਜਾਂ ਸੀ ਵੀ ਹੋ ਸਕਦਾ ਹੈ ਜਾਂ ਫਿਰ ਦੋਨੋਂ ਹੀ ਹੋਣਗੇ ਤੇ ਹੁਣ ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਦੇ ਉੱਤੇ ਨੈਕਸਟ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਔਰ ਟੀਚਰ ਗਿਵਸ ਹਿੰਟ ਇਨ ਦਾ ਕਲਾਸਰੂਮ ਟੂ ਹੈਲਪ ਦਾ ਸਟੂਡੈਂਟ ਇਨ ਸੋਲਵਿੰਗ ਪ੍ਰੋਬਲਮਸ ਕਿ ਟੀਚਰ ਕੀ ਕਰ ਰਿਹਾ ਟੀਚਰ ਹਿੰਟ ਦੇ ਰਿਹਾ ਬੱਚਿਆਂ ਨੂੰ ਕੁਝ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਤੇ ਟੀਚਰ ਦੁਆਰਾ ਕਿਹੜੀ ਟੈਕਨਿਕ ਦੀ ਵਰਤੋਂ ਕੀਤੀ ਜਾ ਰਹੀ ਹੈ ਵੈਸੇ ਕੱਲ ਦੀ ਅੰਗਰੇਜ਼ੀ ਪੈਡਾਗੋਜੀ ਦੀ ਕਲਾਸ ਵਿੱਚ ਇੱਕ ਟਰਮ ਆਈ ਸੀਗੀ ਐਂਡ ਉਹੀ ਇੱਥੇ ਸਹੀ ਜਵਾਬ ਹੈ ਜਿਨ੍ਹਾਂ ਸਾਥੀਆਂ ਨੇ ਰਾਤ ਵਾਲੀ ਕਲਾਸ ਦੇਖੀ ਹੋਣੀ ਆ ਐਂਡ ਆਪਾਂ ਕੋਈ ਪੇਡ ਕਲਾਸ ਤਾਂ ਚਲਾਉਂਦੇ ਨਹੀਂ YouTube ਤੇ ਕਲਾਸਿਸ ਹੁੰਦੀਆਂ ਆ ਤੇ ਹੋਪਸੋ ਕਾਫੀ ਸਾਰੇ ਸਾਥੀਆਂ ਨੇ ਉਹ ਵੀਡੀਓ ਦੇਖੀ ਵੀ ਹੋਣੀ ਆ ਸੋ ਇੱਥੇ ਦੱਸੋ ਕੀ ਜਵਾਬ ਹੋਊਗਾ ਪੰਜਾਬੀ ਚ ਪੜ੍ਹ ਲੈਣੇ ਆ ਅਧਿਆਪਕ ਬੱਚਿਆਂ ਨੂੰ ਜਮਾਤ ਵਿੱਚ ਸਵਾਲਾਂ ਨੂੰ ਹੱਲ ਕਰਨ ਦੇ ਲਈ ਮਦਦ ਵਜੋਂ ਸੰਕੇਤ ਦਿੰਦਾ ਹੈ ਸਿਗਨਲ ਦਿੱਤੇ ਜਾ ਰਿਹਾ ਹਿੰਟਸ ਦਿੱਤੇ ਜਾ ਰਿਹਾ ਤੇ ਅਧਿਆਪਕ ਕਿਹੜੀ ਵਿਧੀ ਵਰਤ ਰਿਹਾ ਹੈ ਕਿ ਇਹ ਮੈਟਾਕੋਗਨੀਸ਼ਨ ਹੈ ਅਕਾਮੋਡੇਸ਼ਨ ਹੈ ਐਸਿਮਿਲੇਸ਼ਨ ਹੈ ਜਾਂ ਫਿਰ ਸਕੈਫੋਲਡਿੰਗ ਹੈ ਜਾਗਰੂਕਤਾ ਅਤੇ ਸੋਚ ਦੀਆਂ ਪ੍ਰਕਿਰਿਆਵਾਂ ਸਮਾਈਕਰਨ ਹੈ ਅਨੁਕੂਲਤਾ ਅਕਾਮੋਡੇਸ਼ਨ ਜਾਂ ਫਿਰ ਅਸਥਾਈ ਪ੍ਰਬੰਧ ਸਕੈਫੋਲਡਿੰਗ ਸਹੀ ਜਿਹੜਾ ਜਵਾਬ ਹੋਊਗਾ ਜੀ ਜਿਵੇਂ ਕਿ ਜਿਹੜੀ ਟੈਂਪਰੇਰੀ ਹੈਲਪ ਦਿੱਤੀ ਜਾਂਦੀ ਹੈ ਹੋਪਸੋ ਤੁਸੀਂ ਸਾਰਿਆਂ ਨੇ ਸਹੀ ਜਵਾਬ ਲਗਾਤਾ ਹੋਗਾ ਕਿ ਜਿਹੜੀ ਟੈਂਪਰੇਰੀ ਹੈਲਪ ਕਿਸੇ ਵੱਧ ਜਾਣਕਾਰ ਬੰਦੇ ਦੁਆਰਾ ਦਿੱਤੀ ਜਾਵੇ ਤਾ ਉਹਨੂੰ ਨਾਮ ਦਿੱਤਾ ਜਾਂਦਾ ਆ ਸਕੈਫੋਲਡਿੰਗ ਦਾ ਕੀ ਨਾਮ ਦਿੱਤਾ ਜਾਂਦਾ ਆ ਜੇ ਸਕੈਫੋਲਡਿੰਗ ਦਾ ਹੁਣ ਮੇਰੇ ਸਮਝਾਉਣ ਤੋਂ ਪਹਿਲਾਂ ਹੀ ਦੱਸ ਦੋ ਜਿਹੜੀ ਟਰਮ ਹੈਗੀ ਆ ਸਕੈਫੋਲਡਿੰਗ ਇਹ ਕਿਹਦੇ ਦੁਆਰਾ ਦਿੱਤੀ ਗਈ ਸੀਗੀ ਹੋ ਸਕਦਾ ਐਗਜ਼ਾਮ ਦੇ ਵਿੱਚ ਇਹ ਵੀ ਪੁੱਛਿਆ ਹੋਵੇ ਕਿ ਦੱਸੋ ਸਕੈਫੋਲਡਿੰਗ ਕਿਹਦੇ ਦੁਆਰਾ ਦਿੱਤੀ ਗਈ ਆ ਸੋ ਹੁਣ ਮੈਂ ਇਹਦਾ ਸਹੀ ਜਵਾਬ ਤਾਂ ਮੈਂ ਤੁਹਾਨੂੰ ਦੱਸਤਾ ਆ ਕਿ ਇਹਨੂੰ ਅਸਥਾਈ ਪ੍ਰਬੰਧਨ ਕਹਿੰਦੇ ਹੈਗੇ ਆ ਕਿ ਜਿਹੜੇ ਹਿੰਟਸ ਵਗੈਰਾ ਦਿੱਤੇ ਜਾ ਰਹੇ ਆ ਟੀਚਰ ਦੁਆਰਾ ਬੱਚਿਆਂ ਨੂੰ ਤਾਂ ਜੋ ਬੱਚੇ ਆਪਦੀ ਸਮੱਸਿਆਵਾਂ ਨੂੰ ਹੱਲ ਕਰ ਸਕਣ ਸੋ ਇੱਥੇ ਮੈਂ ਥੋੜੇ ਜੇ ਨੋਟਸ ਵੀ ਬਣਾਤੇ ਆ ਤੁਹਾਡੇ ਲਈ ਐਂਡ ਇਹ ਪੀਡੀਐਫ ਮੈਂ ਟੈਲੀਗ੍ਰam ਚੈਨਲ ਤੇ ਵੀ ਭੇਜ ਦੂੰਗਾ ਜਿਵੇਂ ਕਿ ਸਕੈਫੋਲਡਿੰਗ ਐਮਕੇਓ ਜਿਹਨੂੰ ਮੋਰ ਨੋਲੇਜੇਬਲ ਅਦਰ ਕਹਿੰਦੇ ਆ ਤੇ ਜਡਪੀਡੀ ਜ਼ੋਨ ਆਫ ਪ੍ਰੋਕਸਿਮਲ ਡਵੈਲਪਮੈਂਟ ਇਹ ਜਿਹੜੀਆਂ ਤਿੰਨੇ ਟਰਮਸ ਨੇ ਲੈਵ ਵਾਈਗੋਟਸਕੀ ਦੁਆਰਾ ਦਿੱਤੀਆਂ ਗਈਆਂ ਤਿੰਨੇ ਟਰਮਸ ਨੇ ਐਂਡ ਇਹ ਸਾਰੀਆਂ ਟਰਮਸ ਆਈਆਂ ਨੇ ਜੀ ਸੋਸ਼ੀਓ ਕਲਚਰਲ ਥਿਉਰੀ ਆਫ ਲਰਨਿੰਗ ਦੇ ਵਿੱਚੋਂ ਵਾਈਗੋਟਸਕੀ ਕਹਿੰਦੇ ਨੇ ਜੀ ਕਿ ਜਿਹੜੀ ਲਰਨਿੰਗ ਹੈਗੀ ਆ ਉਹ ਵਧੀਆ ਤਰੀਕੇ ਨਾਲ ਹੋ ਸਕਦੀ ਆ ਜਿਹੜਾ ਸਖਿਆਰਤੀ ਹੈਗਾ ਯਾ ਜੇਕਰ ਉਹ ਕਿਸੇ ਵੱਧ ਜਾਣਕਾਰ ਬੰਦੇ ਨਾਲ ਗੱਲਬਾਤ ਕਰੇ ਇੰਟਰੈਕਟ ਕਰੇ ਐਂਡ ਜਿਹੜਾ ਵੱਧ ਜਾਣਕਾਰ ਬੰਦਾ ਆ ਉਸ ਬੰਦੇ ਨੂੰ ਉਸ ਬੱਚੇ ਨੂੰ ਗਾਈਡ ਕਰੂਗਾ ਜਿਹਨੂੰ ਆਪਾਂ ਕਹਿੰਨੇ ਆ ਸਕੈਫੋਲਡਿੰਗ ਦਾ ਨਾਮ ਦਿੰਨੇ ਆ ਐਂਡ ਬੱਚਾ ਜੋ ਕੰਮ ਪਹਿਲਾਂ ਨਹੀਂ ਕਰ ਸਕਦਾ ਸੀ ਉਹ ਬੱਚੇ ਨੇ ਕੰਮ ਕਰ ਲਿਆ ਤੇ ਹੁਣ ਉਹਨੂੰ ਆਪਾਂ ਕੀ ਕਵਾਂਗੇ ਉਹਨੂੰ ਆਪਾਂ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦਾ ਨਾਮ ਦਿੰਨੇ ਆ ਕਈ ਵਾਰ ਫੁੱਲ ਫਾਰਮ ਵੀ ਤੁਹਾਡੇ ਐਗਜ਼ਾਮ ਦੇ ਵਿੱਚ ਪੁੱਛ ਲਈਆਂ ਜਾਂਦੀਆਂ ਨੇ ਤੁਸੀਂ ਸੋ ਤੁਸੀਂ ਇਹਦਾ ਧਿਆਨ ਰੱਖ ਲਿਓ ਐਮਕਿਊ ਬਣ ਗਿਆ ਮੋਰ ਨੋਲੇਜੇਬਲ ਅਦਰ ਸਕੈਫੋਲਡਿੰਗ ਤੇ ਜੀਪੀਡੀ ਬਣ ਗਿਆ ਜ਼ੋਨ ਆਫ ਪ੍ਰੋਕਸਿਮਲ ਡਿਵੈਲਪਮੈਂਟ ਪੰਜਾਬੀ ਦੇ ਵਿੱਚ ਵੀ ਮੈਂ ਇੱਕ ਐਗਜ਼ਾਮਪਲ ਦਿੱਤੀ ਹੋਈ ਆ ਕਿ ਬੱਚੇ ਦਾ ਜਿਹੜਾ ਜੀਪੀਡੀ ਹੋਊਗਾ ਕੁਝ ਸਹਾਇਤਾ ਨਾਲ ਸਾਈਕਲ ਚਲਾਉਣਾ ਸਿੱਖ ਰਿਹਾ ਕਿ ਬੱਚੇ ਦੀ ਜੀਪੀਡੀ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਬੱਚਾ ਆ ਕੁਝ ਅਸਿਸਟੈਂਸ ਲੈ ਰਿਹਾ ਆ ਆਪਣੇ ਮਾਪਿਓ ਤੋਂ ਐਂਡ ਸਾਈਕਲ ਚਲਾਣੀ ਸਿੱਖ ਰਿਹਾ ਤੇ ਮਾਤਾ ਪਿਤਾ ਕੰਮ ਕੀ ਕਰ ਰਹੀ ਆ ਐਮਕੇਓ ਦੇ ਤੌਰ ਤੇ ਕੰਮ ਕਰ ਰਿਹਾ ਸਕੈਫੋਲਡਿੰਗ ਬੱਚੇ ਨੂੰ ਦੇ ਰਹੇ ਆ ਤੇ ਬੱਚੇ ਦੀ ਮਦਦ ਕਰ ਰਿਹਾ ਤੇ ਜਿਵੇਂ ਕਿ ਹੌਲੀ ਹੌਲੀ ਮਾਪਿਓ ਬੱਚੇ ਦੀ ਮਦਦ ਘਟਾ ਦਿੰਦੇ ਆ ਤੇ ਬੱਚਾ ਵਧੇਰੇ ਸਮਰਥ ਬਣ ਜਾਂਦਾ ਆ ਆਖਰਕਾਰ ਬੱਚਾ ਸੁਤੰਤਰ ਤੌਰ ਤੇ ਸਵਾਰੀ ਕਰ ਸਕਦਾ ਹੈ ਸਾਈਕਲ ਚਲਾ ਸਕਦਾ ਆ ਸੋ ਆਪਾਂ ਨੂੰ ਪਤਾ ਲੱਗ ਗਿਆ ਕਿ ਵੀ ਜੈਡ ਪੀਡੀ ਤੇ ਹੁਣ ਜਿਹੜਾ ਬੱਚਾ ਹੈਗਾ ਆ ਪਹੁੰਚ ਗਿਆ ਮਾਪਿਓ ਨੇ ਸਕੈਫੋਲਡਿੰਗ ਦਿੱਤੀ ਤੇ ਮਾਪਿਓ ਆਪ ਕੀ ਹੈਗੇ ਆ ਵੱਧ ਜਾਣਕਾਰ ਮੋਰ ਨੋਲੇਜੇਬਲ ਅਦਰ ਹੈਗੇ ਆ ਖੁਬਸੋ 16ਵਾਂ ਪ੍ਰਸ਼ਨ ਕਲੀਅਰ ਹੋ ਗਿਆ ਹੋਣਾ ਅੱਗੇ ਵੇਖੋ ਲਾ ਆਫ ਹੈਰਿਡਿਟੀ ਆਰ ਪ੍ਰਪਾਉਂਡ ਬਾਈ ਇਹਦਾ ਸਹੀ ਜਵਾਬ ਦੱਸੋ ਕਿ ਖਾਨਦਾਨੀ ਦੇ ਸਿਧਾਂਤ ਲਾ ਆਫ ਹੈਰਿਡਿਟੀ ਇਹ ਕਿਸ ਨੇ ਪ੍ਰਸਤਾਵਿਤ ਕੀਤਾ ਆ ਕੀ ਇਹ ਥੌਂਡਾਇਕ ਨੇ ਮੈਂਡਲ ਨੇ ਪਾਵਲੋਵ ਨੇ ਜਾਂ ਫਿਰ ਸਕਿੰਡਰ ਨੇ ਸਹੀ ਜਵਾਬ ਦੱਸੋ ਇਹਦਾ ਸਹੀ ਜਵਾਬ ਹੋਣਾ ਕੀ ਹੈ ਇੱਥੇ ਜਿਹੜਾ ਸਹੀ ਜਵਾਬ ਹੈਗਾ ਜੀ ਉਹ ਹੋਣਾ ਹੈ ਜੀ ਮੈਂਡਲ ਕੀ ਹੋਊਗਾ ਜੀ ਮੈਂਡਲ ਮੈਂਡਲ ਬਾਰੇ ਵੀ ਸਮਝਾ ਦਈਏ ਥੋੜਾ ਜਿਹਾ ਕਿ ਮੈਂਡਲ ਨੇ ਨਾ ਇੱਕ ਥਿਊਰੀ ਦਿੱਤੀ ਸੀਗੀ ਮੈਂਡਲ ਨੇ ਇੱਕ ਥਿਊਰੀ ਦਿੱਤੀ ਸੀਗੀ ਜਿਹਦੇ ਤੁਸੀਂ ਦੇਖ ਸਕਦੇ ਹੋ ਕਿ ਗ੍ਰਿਗੋਰ ਮੈਂਡਲ ਇੱਕ ਆਸਟ੍ਰੀਅਨ ਮੌਂਗ ਸੀਗੇ ਜਿਨ੍ਹਾਂ ਨੂੰ ਫਾਦਰ ਆਫ ਜੈਨੇਟਿਕਸ ਵੀ ਕਿਹਾ ਜਾਂਦਾ ਆ 1800 ਸੰਨ ਦੇ ਵਿੱਚ ਇਹਨਾਂ ਨੇ ਕੁਝ ਐਕਸਪੈਰੀਮੈਂਟ ਕੀਤੇ ਕਾਦੇ ਤੇ ਐਕਸਪੈਰੀਮੈਂਟ ਕੀਤੇ ਜਿਹੜੇ ਮਟਰ ਦੇ ਜਿਹੜੇ ਪੌਦੇ ਨਹੀਂ ਹੁੰਦੇ ਉਹਨਾਂ ਦੇ ਉੱਤੇ ਇਹਨਾਂ ਨੇ ਕੁਝ ਐਕਸਪੈਰੀਮੈਂਟ ਕੀਤੇ ਇਹ ਦੇਖਣਾ ਚਾਹੁੰਦੇ ਸੀਗੇ ਕਿ ਜਿਹੜੇ ਟ੍ਰੇਟਸ ਹੁੰਦੇ ਆ ਜਿਹੜੇ ਗੁਣ ਹੁੰਦੇ ਆ ਉਹ ਮਾਪਿਓ ਤੋਂ ਜਿਹੜੇ ਬੱਚੇ ਹੁੰਦੇ ਆ ਉਹਨਾਂ ਚੀਜ਼ਾਂ ਵਿੱਚ ਮਾਪਿਓ ਦੇ ਜਿਹੜੇ ਗੁਣ ਹੈਗੇ ਬੱਚਿਆਂ ਵਿੱਚ ਕਿਵੇਂ ਜਾਂਦੇ ਆ ਐਂਡ ਇਸ ਸਟੱਡੀ ਦੇ ਵਿੱਚ ਇਹਨਾਂ ਨੇ ਤਿੰਨ ਚੀਜ਼ਾਂ ਲਭੀਆਂ ਲਾ ਆਫ ਡਾਇਮਿਨੈਂਸ ਡੋਮਿਨੈਂਸ ਸੌਰੀ ਲਾ ਆਫ ਸੈਗਰੀਗੇਸ਼ਨ ਲਾ ਆਫ ਇੰਡੀਪੈਂਡੈਂਟ ਅਸਾਰਟਮੈਂਟ ਇਹਨਾਂ ਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਲਿਓ ਸੋ ਮੈਂ ਤੁਹਾਨੂੰ ਦੱਸਦਾ ਕਿਉਂਕਿ ਇਹ ਆਪਣੀ ਥਿਉਰੀ ਦੀ ਕਲਾਸ ਨਹੀਂ ਹੈਗੀ ਐਮਸੀਕਿਊ ਦੀ ਕਲਾਸ ਹੈਗੀ ਹੈ ਕਿ ਉਹਨਾਂ ਨੇ ਇਹ ਤਿੰਨ ਚੀਜ਼ਾਂ ਦਿੱਤੀਆਂ ਸੀਗੀਆਂ ਅਗਲਾ ਪ੍ਰਸ਼ਨ ਦੇਖ ਲੈਣੇ ਆ ਅਗਲਾ ਜਿਹੜਾ ਪ੍ਰਸ਼ਨ ਹੈਗਾ ਆ ਇਨ ਅ ਕਲਾਸਰੂਮ ਆਨ ਆਸਕਿੰਗ ਕੁਐਸਚਨ ਅ ਟੀਚਰ ਇਜ਼ ਮੋਰ ਵਿਲਿੰਗ ਟੂ ਲਿਸਨ ਟੂ ਐਂਡ ਅਸੈਪਟ ਦਾ ਅਕਸੈਪਟ ਦਾ ਆਨਸਰ ਫ্রম ਮੇਲ ਸਟੂਡੈਂਟ ਰੈਦਰ ਥੈਨ ਥੇਅਰ ਕੰਟਰਪਾਰਟਸ ਵਿਚ ਟਾਈਪ ਆਫ ਟੀਚਰਸ ਬਿਹੇਵੀਅਰ ਇਜ਼ ਡਿਪੀਕਟਡ ਥਰੂ ਥਿਸ ਸਟੇਟਮੈਂਟ ਜਮਾਤ ਚ ਨਾ ਪ੍ਰਸ਼ਨ ਪੁੱਛਣ ਤੇ ਅਧਿਆਪਕ ਨਰ ਵਿਦਿਆਰਥੀਆਂ ਭਾਵੇਂ ਕਿ ਮੁੰਡਿਆਂ ਤੇ ਜ਼ਿਆਦਾ ਤੋ ਉੱਤਰ ਸੁਣਨ ਅਤੇ ਮੰਨਣ ਦਾ ਜ਼ਿਆਦਾ ਇਸ਼ਕ ਹੈਗਾ ਯਾ ਬਜਾਏ ਉਹਨਾ ਦੇ ਹਮ ਰਤਬਾ ਕਾਉਂਟਰਪਾਰਟ ਵਿਦਿਆਰਥੀਆਂ ਤੋਂ ਇਹ ਕਥਨ ਅਧਿਆਪਕ ਦੇ ਕਿਸ ਤਰ੍ਹਾਂ ਦੇ ਬਤੀਨੇ ਨੂੰ ਦਰਸਾਉਂਦਾ ਆ ਮੰਨ ਲਓ ਮੈਂ ਕਲਾਸ ਵਿੱਚ ਗਿਆ ਤੇ ਮੈਂ ਕਿਹਾ ਯਾਰ ਕਿ ਮੇਰਾ ਜਿਹੜਾ ਝੁਕਾ ਹੋਊਗਾ ਨਾ ਮੁੰਡਿਆਂ ਵੱਲ ਜ਼ਿਆਦਾ ਹੋਊਗਾ ਵੀ ਮੈਂ ਕੋਈ ਵੀ ਪ੍ਰਸ਼ਨ ਪੁੱਛੂੰਗਾ ਨਾ ਤੇ ਬੱਚਿਆਂ ਮੁੰਡਿਆਂ ਨੂੰ ਜ਼ਿਆਦਾ ਪੁੱਛੂੰਗਾ ਜਾਂ ਫਿਰ ਮੁੰਡੇ ਜੇ ਕੋਈ ਪੁੱਛਣਗੇ ਸਵਾਲ ਤੇ ਮੈਂ ਉਹਨਾਂ ਸਾਰੇ ਪ੍ਰਸ਼ਨਾਂ ਦੇ ਹੱਲ ਕਰੂੰਗਾ ਤੇ ਇਹੀ ਇੱਥੇ ਗੱਲ ਦੱਸੀ ਜਾ ਰਹੀ ਹੈ ਕਿ ਇੱਕ ਟੀਚਰ ਹੈਗਾ ਯਾ ਜਿਹੜਾ ਕਿ ਮੁੰਡਿਆਂ ਨੂੰ ਜ਼ਿਆਦਾ ਪ੍ਰਾਇਓਰਿਟੀ ਦੇ ਰਿਹਾ ਵੀ ਜ਼ਿਆਦਾ ਮੁੰਡਿਆਂ ਨੂੰ ਪੁੱਛ ਰਿਹਾ ਕੁੜੀਆਂ ਨੂੰ ਜਾਂ ਫਿਰ ਹੋਰ ਬੱਚਿਆਂ ਨੂੰ ਨਹੀਂ ਪੁੱਛ ਰਿਹਾ ਸੋ ਇੱਥੇ ਜਿਹੜਾ ਟੀਚਰ ਦਾ ਵਤੀਰਾ ਹੈਗਾ ਆ ਬੱਚਿਆਂ ਨੂੰ ਲੈ ਕੇ ਉਹ ਕਿਸ ਤਰ੍ਹਾਂ ਦਾ ਆ ਇਹਨੂੰ ਤੁਸੀਂ ਕੀ ਦਾ ਨਾਮ ਦਿਨੇ ਹੋ ਕੀ ਇਹ ਜੈਂਡਰ ਇਕੁਐਲਿਟੀ ਹੈ ਜੈਂਡਰ ਇਕਵਿਟੀ ਹੈ ਜੈਂਡਰ ਬਾਇਸ ਆ ਜਾਂ ਫਿਰ ਜੈਂਡਰ ਕੰਸਰਨ ਹੈ ਲਿੰਗ ਸਮਾਨਤਾ ਲਿੰਗ ਪੱਖਪਾਤ ਹੈ ਲਿੰਗ ਨਿਰਪੱਖਤਾ ਹੈ ਜਾਂ ਫਿਰ ਲਿੰਗ ਵਾਸਤਾ ਹੈ ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਊਗਾ ਇਕਵੈਲਿਟੀ ਤੇ ਇਕਵਿਟੀ ਹੈ ਨਹੀਂ ਇਹ ਪਹਿਲਾਂ ਹੀ ਐਲੀਮੀਨੇਟ ਕਰ ਦਿਓ ਇੱਥੇ ਤੁਹਾਡਾ ਆਊਗਾ ਜੀ ਜੈਂਡਰ ਬਾਇਸ ਜੇਕਰ ਆਪਾਂ ਕਿਸੇ ਜੈਂਡਰ ਨੂੰ ਲੈ ਕੇ ਸਾਡਾ ਝੁਕਾਓ ਜ਼ਿਆਦਾ ਹੁੰਦਾ ਆ ਕਿਸੇ ਇੱਕ ਜੈਂਡਰ ਨੂੰ ਲੈ ਕੇ ਉਹਨੂੰ ਤੁਸੀਂ ਜੈਂਡਰ ਬਾਇਸ ਦਾ ਨਾਮ ਦਿੰਨੇ ਹੋ ਸੋ ਆਪਸ਼ਨ ਨੰਬਰ ਬੀ ਜਵਾਬ ਤੇ ਲਗਾਓ ਟਿੱਕ ਇਹ ਜਵਾਬ ਤੁਹਾਡਾ ਸਹੀ ਹੈ ਹੁਣ ਅਗਲਾ ਪ੍ਰਸ਼ਨ ਵੇਖੋ ਜਿਹੜਾ ਕਿ ਅੱਜ ਦਾ ਸੈਕੰਡ ਲਾਸਟ ਪ੍ਰਸ਼ਨ ਆ ਪਰਸਨ ਪੋਸੈਸਿੰਗ ਵੈਲ ਡਿਵੈਲਪਡ ਵਰਬਲ ਸਕਿੱਲ ਐਂਡ ਸੈਂਸਿਟੀਵਿਟੀ ਟੂ ਸਾਊਂਡ ਆਫ ਵਰਡਸ ਕੁਡ ਹੈਵ ਅ ਕੈਰੀਅਰ ਐਜ਼ ਅ ਇੱਕ ਜਿਹੜਾ ਹਿਊ ਸ਼ਬਦਾ ਦੀਆਂ ਆਵਾਜ਼ਾਂ ਲਈ ਸ਼ਵੇਦਨਸ਼ੀਲਤਾ ਅਤੇ ਵਿਕਸਿਤ ਜ਼ੁਬਾਨੀ ਹੁਨਰ ਵੀ ਹੈਗਾ ਆ। ਦਾ ਪੇਸ਼ਾ ਹੋ ਸਕਦਾ ਆ। ਕਿਹੜਾ ਪੇਸ਼ਾ ਹੋ ਸਕਦਾ ਆ? ਗਾਰਡਨਰ ਦੀ ਥਿਊਰੀ ਤੋਂ ਸੰਬੰਧਿਤ ਪ੍ਰਸ਼ਨ ਹੈਗਾ ਆ ਜਿਹਦੀ ਵੀਡੀਓ ਮੈਂ ਆਲਰੇਡੀ ਬਣਾਈ ਹੋਈ ਹੈ ਮੈਰਾਥਨ ਵੀਡੀਓ ਵਿੱਚ ਵੀ ਤੁਹਾਨੂੰ ਇਹ ਕਨਸੈਪਟ ਵੇਖਣ ਨੂੰ ਮਿਲੇਗਾ। ਸੋ ਦੱਸੋ ਜੇਕਰ ਇੱਕ ਪਰਸਨ ਹੈਗਾ ਆ ਉਹਦੀ ਵਰਬਲ ਸਕਿੱਲ ਬਹੁਤ ਵਧੀਆ ਸੋ ਵਰਬਲ ਜੇਕਰ ਸਕਿੱਲ ਵਧੀਆ ਹੈਗੀਆਂ ਨੇ ਤੇ ਉਹ ਸਾਇੰਟਿਸਟ ਐਥਲੀਟ ਸਕਲਪਟਰ ਜਾਂ ਫਿਰ ਲਾਇਰ ਕਿਹੜਾ ਪਰਸਨ ਮਤਲਬ ਕਿਹੜੇ ਕੈਰੀਅਰ ਦੇ ਵਿੱਚ ਉਹ ਆਪਦਾ ਕੈਰੀਅਰ ਬਣਾ ਸਕਦਾ ਆ ਸਹੀ ਜਵਾਬ ਕੀ ਹੋਊਗਾ ਵਿਗਿਆਨਿਕ ਐਥਲੀਟ ਮੂਰਤੀਕਾਰ ਤੇ ਵਕੀਲ 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 ਦੇ ਵਿੱਚ ਦਲੀਲ ਦੇਣੀ ਪੈਂਦੀ ਆ ਬਹੁਤ ਸਾਰੇ ਤਰਕ ਕਿੰਦੂ ਪਰੰਤੂ ਕਰਨੇ ਪੈਂਦੀ ਆ ਸੋ ਇਸ ਦੇ ਵਿੱਚ ਵੀ ਜੇਕਰ ਵਰਬਲ ਸਕਿੱਲ ਉਹਦੀਆਂ ਵਧੀਆਂ ਨੇ ਤੇ ਇਸ ਫੀਲਡ ਵਿੱਚ ਉਹ ਚੰਗਾ ਕਰ ਸਕਦਾ ਹੈ ਲਾਸਟ ਪ੍ਰਸ਼ਨ ਦੇਖ ਲੈਣੇ ਆ ਅਕੋਰਡਿੰਗ ਟੂ ਵਿਚ ਥਿਊਰੀ teachers and students should engage in active dialogue ਤੁਹਾਨੂੰ ਕੀ ਲੱਗਦਾ ਕਿਹੜੀ ਥਿਉਰੀ ਦੇ ਅਕੋਰਡਿੰਗ ਕਿਸ ਸਿਧਾਂਤ ਦੇ ਮੁਤਾਬਿਕ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਿਰਿਆਸ਼ੀਲ ਵਾਰਤਾਲਾਪ ਕਰਨਾ ਚਾਹੀਦਾ ਹੈ ਟੀਚਰ ਸੈਂਟ੍ਰਿਕ ਦੇ ਵਿੱਚ ਬਿਹੇਵੀਅਰਿਜ਼ਮ ਦੇ ਵਿੱਚ ਸੋਸ਼ਲ ਕਨਸਟਰਕਟਿਵਿਸਟ ਜਾਂ ਫਿਰ ਕੌਗਨਿਟਿਵਿਸਟ ਸਹੀ ਜਵਾਬ ਕੀ ਹੋਊਗਾ ਟੀਚਰ ਸੈਂਟ੍ਰਿਕ ਤਾਂ ਹੋਣਾ ਨਹੀਂ ਬਿਹੇਵੀਅਰਿਜ਼ਮ ਵੀ ਨਹੀਂ ਹੋਊਗਾ ਸੋਸ਼ਲ ਕਨਸਟਰਕਟਿਵਿਸਟ ਦੇ ਵਿੱਚ ਨਾ ਆਪਾਂ ਵੀ ਆਪਾਂ ਕਹਿੰਦੇ ਆ ਕਿ ਜਿਹੜੇ ਬੱਚੇ ਹੋਣਗੇ ਇਨਾਂ ਨੂੰ ਐਕਟਿਵ ਜੇ ਤਰੀਕੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਜਿਹਦੇ ਨਾਲ ਬੱਚਾ ਆਪ ਦਾ ਜਿਹੜਾ ਵਿਕਾਸ ਹੈਗਾ ਜੀ ਉਹ ਕਰ ਸਕਦਾ ਹੈ ਆ ਭਾਸ਼ਾ ਦਾ ਵਿਕਾਸ ਵੀ ਇਹਨਾਂ ਚੀਜ਼ਾਂ ਦੇ ਨਾਲ ਹੀ ਹੋਊਗਾ ਸੋ ਸਹੀ ਜਵਾਬ ਕੀ ਹੋਊਗਾ ਜੀ ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਹੋਣਾ ਹੈ ਬਾਕੀ ਦੋਸਤੋ ਦੱਸਾਂ ਵਿੱਚੋਂ ਤੁਹਾਡੇ ਇੱਥੇ ਕਿੰਨੇ ਨੰਬਰ ਆਇਆ ਇਹ ਜ਼ਰੂਰ ਦੱਸਿਓ ਦਸਾਂ ਵਿੱਚੋਂ ਇੱਥੇ ਕਿੰਨੇ ਨੰਬਰ ਆਏ ਹੈਗੇ ਆ ਇਹਦਾ ਜਵਾਬ ਤੁਸੀਂ ਜ਼ਰੂਰ ਦੱਸਣਾ ਆ ਐਂਡ ਸੈਸ਼ਨ 유ਸਫੁਲ ਲੱਗਿਆ ਹੋਵੇ ਤਾਂ ਸੈਸ਼ਨ ਨੂੰ ਲਾਈਕ ਕਰਿਓ ਕਿਉਂਕਿ ਤੁਹਾਡੇ ਇਸ ਲਾਈਕ ਦੇ ਨਾਲ ਹੀ ਮੈਂ ਅਗਲੀ ਵੀਡੀਓਜ਼ ਬਣਾਉਣ ਦੇ ਲਈ ਮੋਟੀਵੇਟ ਹੁੰਨਾ ਆ ਬਾਕੀ ਜਿਹੜੇ ਸਾਥੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਿਉਂਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਕਾਫੀ ਸਾਰੇ ਕੁਐਸਚਨ ਕਵਰ ਕਰਾਵਾਂਗੇ ਇੰਪੋਰਟੈਂਟ ਇੰਪੋਰਟੈਂਟ ਟਾਪਿਕ ਵੀ ਕਵਰ ਕਰਵਾਵਾਂਗੇ ਸੋ ਦੋਸਤੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching God bless you all